ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ, ਸਬਸਕ੍ਰਾਈਬ ਕਰਕੇ ਨਾਲ ਨਾਲ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ YouTube ਤੇ ਅਪਲੋਡ ਹੋਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਸੰਤ ਬਾਬਾ ਕਰਮ ਸਿੰਘ ਜੀ ਕੋਲ ਇੱਕ ਮੇਮ ਆ ਕਰਕੇ ਰੋਣ ਲੱਗੀ, ਕਹਿਣ ਲੱਗੀ, ਮਹਾਂਪੁਰਖੋ, ਮੇਰਾ ਪਤੀ ਵਲੈਤ ਗਏ ਹੋਏ ਨੂੰ ਕਾਫੀ ਸਮਾਂ ਹੋ ਗਿਆ, ਪਰ ਕੁਝ ਪਤਾ ਨਹੀਂ ਲੱਗਦਾ। ਗਰੀਬ ਨਿਵਾਜ, ਮੇਰੇ 'ਤੇ ਤਰਸ ਕਰੋ, ਛੋਟੇ ਛੋਟੇ ਬੱਚੇ ਨੇ, ਹੋਰ ਕੋਈ ਆਸਰਾ ਵੀ ਨਹੀਂ। ਬਾਬਾ ਜੀ ਨੇ ਬਚਨ ਕੀਤਾ, ਬੱਚੀ, ਪਰਮੇਸ਼ਰ ਭਲੀ ਕਰੇਗਾ, ਤੇਰਾ ਪਤੀ ਵਾਪਸ ਆਉਣ ਵਾਲਾ ਹੈ। ਸਾਧ ਬਚਨ ਅਟਲਾਤਾ, ਸਾਹਿਬ ਕੁਝ ਦਿਨਾਂ ਬਾਅਦ ਵਾਪਸ ਭਾਰਤ ਆ ਗਿਆ, ਸਾਰਾ ਪਰਿਵਾਰ ਬੜਾ ਖੁਸ਼। ਮੇਮ ਸਾਹਿਬ ਨੂੰ ਨਾਲ ਲੈ ਕਰਕੇ ਬਾਬਾ ਜੀ ਦੇ ਡੇਰੇ ਪੁੱਜੀ। ਸਾਹਿਬ ਸੰਤਾਂ ਦੇ ਸਾਹਮਣੇ ਆ ਕੇ ਇੱਕ ਟੱਕ ਟੇਕ ਟਿੱਕੀ ਲਾ ਕਰਕੇ ਤੱਕੀ ਜਾਵੇ, ਜਿਵੇਂ ਕਿਸੇ ਭੁੱਲੀ ਚੀਜ਼ ਨੂੰ ਯਾਦ ਕਰਦਾ ਹੋਵੇ। ਡੇਰੇ ਦੇ ਬਾਹਰ ਆ ਕੇ ਮੇਮ ਨੇ ਪੁੱਛਿਆ, ਤੁਸੀਂ ਸੰਤਾਂ ਦੇ ਚਿਹਰੇ ਵੱਲ ਵੇਖ ਕੇ ਕੀ ਪਛਾਣ ਰਹੇ ਸੀ? ਅੰਗਰੇਜ਼ ਨੇ ਕਿਹਾ, ਮੈਂ ਵਲੈਤ ਕਿਸੇ ਹਸਪਤਾਲ ਵਿੱਚ ਬਿਮਾਰ ਸਾਂ, ਬਚਣ ਦੀ ਕੋਈ ਆਸ ਨਹੀਂ। ਇਹ ਬਾਬਾ ਜੀ ਉਸ ਜਗ੍ਹਾ ਮੇਰੇ ਪਾਸ ਪੁੱਜੇ, ਮੈਨੂੰ ਥਾਪੜਾ ਦਿੱਤਾ ਅਤੇ ਪਿਆਰ ਕੀਤਾ, ਕਿਹਾ, ਹੁਣ ਤੂੰ ਰਾਜੀ ਹੋ, ਛੇਤੀ ਭਾਰਤ ਪੁੱਜ, ਤੇਰਾ ਪਰਿਵਾਰ ਤੈਨੂੰ ਉਡੀਕ ਰਿਹਾ ਹੈ। ਉਸ ਸਮੇਂ ਮੈਂ ਸਮਝਿਆ ਕਿ ਕੋਈ ਇੱਧਰ ਦਾ ਰਹਿਣ ਵਾਲਾ ਪਾਦਰੀ ਹੋਵੇਗਾ। ਇਹਨਾਂ ਦੇ ਹੱਥ ਦੀ ਚੁੰਬਕ ਛੂਹ ਨੇ ਮੈਨੂੰ ਇੱਕਦਮ ਰਾਜੀ ਕਰ ਦਿੱਤਾ। ਮੈਂ ਆਪਣੇ ਜੀਵਨ ਦੀ ਆਸ ਮੁਕਾਈ ਬੈਠਾ ਸਾਂ। ਇਤਨਾ ਹੁਕਮ ਕਰਕੇ ਬਾਬਾ ਜੀ ਅਲੋਪ ਹੋ ਗਏ। ਇਹ ਤਾਂ ਈਸਾ ਮਸੀਹ ਦਾ ਰੂਪ ਉਹੋ ਹੀ ਫਕੀਰ ਹਨ ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ। ਸਾਹਿਬ ਪਾਸੋਂ ਇਹ ਵਾਰਤਾ ਸੁਣ ਕੇ ਮੇਮ ਦੇ ਨੇਤਰਾਂ ਵਿੱਚੋਂ ਵਿਰਾਗ ਦਾ ਜਲ ਵਗ ਤੁਰਿਆ। ਕਹਿਣ ਲੱਗੀ, ਧੰਨ ਹਨ ਮਹਾਂਪੁਰਖ ਜਿਨ੍ਹਾਂ ਨੇ ਮੇਰੀ ਦੁਖਿਆਰੀ ਦੀ ਬੇਨਤੀ ਸੁਣ ਕਰਕੇ ਮੇਰੇ ਦੁੱਖ ਨੂੰ ਦੂਰ ਕੀਤਾ ਹੈ। ਇਹ ਗੱਲ ਸਾਰੇ ਇਲਾਕੇ ਵਿੱਚ ਫੈਲ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।